ਪਿੰਡਾਂ ਦੇ ਵਿੱਚ ਉਸ ਵੇਲੇ ਦੁਕਾਨਦਾਰਾਂ ਨੂੰ ਭਾਜਣਾ ਪੈ ਗਿਆ ਤੇ ਫਟਾਫਟ ਆਪਣੇ ਸ਼ਟਰਾਂ ਨੂੰ ਤਾਲੇ ਮਾਰੇ ਤੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਉਹਨਾਂ ਨੇ ਇੱਕ ਲੇਡੀ ਨੂੰ ਦੇਖਿਆ, ਤੁਸੀਂ ਸੋਚਦੇ ਹੋਵੋਗੇ ਕਿ ਆਖਰ ਇਹ ਲੇਡੀ ਤੇ ਬੰਦੇ ਕੌਣ ਸੀ ਜਿਸ ਨੂੰ ਦੇਖ ਕੇ ਇਹਨਾਂ ਦੁਕਾਨਦਾਰਾਂ ਨੂੰ ਭਾਜਣਾ ਪਈਆਂ। ਤਾਂ ਦੱਸ ਦਈਏ ਕਿ ਤਿਉਹਾਰਾਂ ਦੇ ਮੱਦੇਨਜ਼ਰ ਲਗਾਤਾਰ ਫੂਡ ਸਪਲਾਈ ਮਹਿਕਮੇ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਜਿਹਦੇ ਚੱਲਦੇ ਜਦੋਂ ਬਲਾਕ ਚੁਗਾਵਾਂ ਦੇ ਨੇੜਲੇ ਪਿੰਡਾਂ ਦੇ ਵਿੱਚ ਫੂਡ ਸਪਲਾਈ ਮਹਿਕਮਾ ਪਹੁੰਚਿਆ, ਜਿਸ ਦੀ ਭਿਣਕ ਪੈਂਦਿਆਂ ਹੀ ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਦੇ ਸ਼ਟਰ ਮਾਰ ਕੇ ਰਫੂ ਚੱਕਰ ਹੋ ਗਏ। ਇਸ ਮੌਕੇ ਰਜਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਸੇਫਟੀ ਕਮਲਦੀਪ ਕੌਰ, ਫੂਡ ਸੇਫਟੀ ਅਫਸਰ ਨੇ, ਨਾਇਬ ਤਹਿਸੀਲਦਾਰ ਨੇ, ਉਹਨਾਂ ਨੇ ਜਿਹੜੇ ਕਿ ਮੌਕੇ 'ਤੇ ਪਹੁੰਚ ਕੇ ਮਿਠਾਈਆਂ ਦੀ ਜਾਂਚ ਕੀਤੀ ਅਤੇ ਹਲਵਾਈਆਂ ਨੂੰ ਸਾਫ਼ ਸਫਾਈ ਰੱਖਣ ਦਾ ਆਦੇਸ਼ ਦਿੱਤਾ। ਡੀਸੀ ਮੈਮ ਦੇ ਹੁਕਮਾਂ ਦੇ ਤਹਿਤ ਅੱਜ ਤਹਿਸੀਲਦਾਰ ਸਰ ਦੇ ਨਾਲ ਅਤੇ SDM ਸਰ ਮੈਮ ਦੀ ਉਹਨਾਂ ਦੀ ਛਤਰ ਛਾਇਆ ਹੇਠ ਅਸੀਂ ਸਾਰਿਆਂ ਨੇ ਅੱਜ ਇੰਸਪੈਕਸ਼ਨ ਕੀਤੀ ਹੈ ਲੋਪੋਕੇ ਅਤੇ ਚੁਗਾਵੇਂ ਵਿੱਚ। ਅਸੀਂ ਜ਼ਿਆਦਾਤਰ ਜਿਹੜੀਆਂ ਮਿਠਾਈ ਵਾਲੀਆਂ ਦੁਕਾਨਾਂ ਚੈੱਕ ਕੀਤੀਆਂ ਨੇ ਅਤੇ ਡੇਅਰੀ ਵਗੈਰਾ ਕਰਿਆਨਾ ਸਟੋਰ ਚੈੱਕ ਕੀਤਾ, ਜਿਨ੍ਹਾਂ ਦੇ ਐਕਸਪਾਇਰ ਮਟੀਰੀਅਲ ਸੀਗਾ ਉਹ ਅਸੀਂ ਸੁਟਵਾਇਆ ਅਤੇ ਆ ਜਿੱਥੇ ਪਿੰਕ ਚਮਚਮ ਵਗੈਰਾ ਬਣ ਰਹੀ ਹੈ ਇਹਨਾਂ ਨੂੰ ਅਵੇਅਰ ਕੀਤਾ ਕਿ ਤੁਸੀਂ ਉਹ ਨਹੀਂ ਯੂਜ਼ ਕਰਨੀ ਜਾਂ ਨਹੀਂ ਬਣਾਉਣੀ। ਅਤੇ ਇਹਨਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਤੁਸੀਂ ਅਗਰ ਸਾਫ਼ ਸੁਥਰਾ ਬਣਾਓਗੇ ਤਾਂ DC ਮੈਮ ਵੱਲੋਂ ਤੁਹਾਨੂੰ ਅਵਾਰਡ ਵੀ ਮਿਲਿਆ ਜਾਏਗਾ। ਇਸ ਕਰਕੇ ਇਹਨਾਂ ਨੂੰ ਜ਼ਿਆਦਾਤਰ ਇਹ ਕਿਹਾ ਗਿਆ ਕਿ ਬੱਚਿਆਂ ਨੂੰ ਨਹੀਂ ਰੱਖਣਾ, ਜੋ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਨੂੰ ਅਲਾਓ ਨਹੀਂ ਹੈ ਕਿ ਤੁਸੀਂ ਸ਼ੋਪਸ 'ਤੇ ਜਾਂ ਕਿਤੇ ਵੀ ਕੰਮ ਕਰੋ, ਚਾਈਲਡ ਲੇਬਰ ਨਹੀਂ ਕਰਾਉਣੀ। ਅਤੇ 3-4 ਚੀਜ਼ਾਂ ਜਿਹੜੀਆਂ ਇਹਨਾਂ ਨੂੰ ਮੇਨ ਦੱਸਿਆ ਗਿਆ ਕਿ ਸਮਝਾ ਕੇ ਗਏ ਹਾਂ ਕਿ ਸਾਫ਼ ਸਫਾਈ ਦਾ ਧਿਆਨ ਰੱਖਣਾ, ਜਿਵੇਂ ਹੁਣ ਤਿਉਹਾਰ ਆ ਰਿਹਾ, ਦੀਵਾਲੀ ਦਾ ਤਿਉਹਾਰ ਆ ਰਿਹਾ ਅਤੇ ਸਾਰੇ ਲੋਕ ਜਿਹੜੇ ਨੇ ਮਿਠਾਈਆਂ ਵਗੈਰਾ ਖਰੀਦਦੇ ਨੇ, ਸਾਰਿਆਂ ਦਾ ਪਸੰਦ ਦਾ ਫੈਸਟੀਵਲ ਹੈ ਅਤੇ ਇਸ ਕਰਕੇ ਸਾਰਿਆਂ ਨੂੰ ਇਹੀ ਕਿਹਾ ਵੀ ਜ਼ਿਆਦਾਤਰ ਸਾਫ਼ ਸਫਾਈ ਦਾ ਧਿਆਨ ਰੱਖੋ, ਚੰਗਾ ਸਾਫ਼ ਸੁਥਰਾ ਬਣਾਓ, ਅਸੀਂ ਉਹ ਚੀਜ਼ ਬਣਾਈਏ ਜੋ ਅਸੀਂ ਆਪਣੇ ਬੱਚਿਆਂ ਨੂੰ ਵੀ ਖਿਲਾ ਸਕੀਏ, ਤਾਂ ਕਿ ਸਾਨੂੰ ਅੱਗੋਂ ਦੀ ਅੱਜ ਕੱਲ੍ਹ ਇੰਨੀਆਂ ਬਿਮਾਰੀਆਂ ਆ ਰਹੀਆਂ, ਤਾਂ ਕਿ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਵੀ ਬਿਮਾਰੀਆਂ ਤੋਂ ਵੀ ਬਚਾ ਸਕੀਏ ਅਤੇ ਸਾਫ਼ ਸੁਥਰਾ ਖਾਣਾ ਸਾਰਿਆਂ ਨੂੰ ਪ੍ਰੋਵਾਈਡ ਕਰਾ ਸਕੀਏ। ਨਹੀਂ, ਸਾਡੀ ਤਾਂ ਰੈਗੂਲਰ ਇੰਸਪੈਕਸ਼ਨ ਹੁੰਦੀ ਰਹਿੰਦੀ ਹੈ, ਅਸੀਂ ਆਉਂਦੇ ਰਹਿੰਦੇ ਹਾਂ, ਪਰ ਇਹ ਹੈ ਕਿ ਤਿਉਹਾਰਾਂ ਦੇ ਦਿਨਾਂ 'ਚ ਜਿਵੇਂ ਮਿਠਾਈ ਵਗੈਰਾ ਜ਼ਿਆਦਾ ਬਣਦੀ ਹੈ ਜਾਂ ਡੇਅਰੀ ਵਗੈਰਾ ਦਾ ਜ਼ਿਆਦਾ ਕੰਮ ਯੂਜ਼ ਹੁੰਦਾ ਹੈ ਅਤੇ ਸਾਨੂੰ ਥੋੜ੍ਹਾ ਹੁੰਦਾ ਹੈ ਕਿ ਕਿਤੇ ਮਤਲਬ ਐਡਲਟਰੇਸ਼ਨ ਨਾ ਹੋ ਜਾਏ, ਇਸ ਕਰਕੇ ਸਾਨੂੰ ਥੋੜ੍ਹੀ ਜ਼ਿਆਦਾ ਚੈਕਿੰਗ ਕਰਨੀ ਪੈਂਦੀ। ਕਾਰਵਾਈ ਕੀਤੀ ਜਾਵੇ ਜਿਹਨਾਂ ਖਿਲਾਫ ਹੈ ਜਿਹੜੇ ਕਾਰਵਾਈ? ਹਾਂਜੀ, ਜਿਹੜੇ ਸੈਂਪਲ ਭਰੇ ਗਏ ਆ ਕੋਈ ਉਹਨਾਂ ਦੇ ਵਿਰੁੱਧ? ਅਸੀਂ ਅਜੇ ਸੈਂਪਲ ਲਿੱਤੇ ਆ, ਥੋੜ੍ਹੇ ਜਿਹੇ ਮਿਠਾਈਆਂ ਦੇ ਹੀ ਲਿੱਤੇ ਆ, ਬਰਫੀ ਵਗੈਰਾ ਦਾ ਲਿੱਤਾ ਅਤੇ ਚਮਚਮ ਵਗੈਰਾ ਦਾ, ਮਸਾਲਿਆਂ ਦਾ ਸੈਂਪਲ ਲਿੱਤਾ ਅਤੇ ਅਸੀਂ ਹੁਣ ਲੈਬ 'ਚ ਭੇਜਾਂਗੇ ਅਤੇ ਉਹਦੀ ਰਿਪੋਰਟ 15-20 ਦਿਨ ਤੱਕ ਆਏਗੀ, ਫਿਰ ਉਸ ਤੋਂ ਬਾਅਦ ਹੀ ਅਗਰ ਕੋਈ ਫੇਲ ਆਇਆ ਸੈਂਪਲ ਫਿਰ ਉਹਦੇ ਅਗੇਂਸਟ ਫਿਰ ਕੇਸ ਵਗੈਰਾ ਲਗਾਵਾਂਗੇ। ਖੈਰ, ਤਿਉਹਾਰਾਂ ਦੇ ਮੱਦੇਨਜ਼ਰ ਹੁਣ ਫੂਡ ਸਪਲਾਈ ਮਹਿਕਮਾ ਸਰਗਰਮ ਹੈ ਅਤੇ ਹੁਣ ਦੁਕਾਨਦਾਰਾਂ ਨੂੰ ਚੰਗੀਆਂ ਮਿਠਾਈਆਂ ਬਣਾਉਣ ਦੇ ਹੁਕਮ ਵੀ ਦਿੱਤੇ ਗਏ ਨੇ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।